ਹਾਂਜੀ ਪਿਆਰੇ ਵਿਦਿਆਰਥੀਓ ਅੱਜ ਅਸੀਂ 10ਵੀਂ ਕਲਾਸ ਦੀ ਰਸਾਇਣਿਕ ਵਿਗਿਆਨ ਦੀ ਕਿਰਿਆ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਹੋਣ ਵਾਲੀ ਕਿਰਿਆ ਦਾ ਅਧਿਐਨ ਕਰਨਾ ਤਾਂ ਬੱਚੇ ਇਸ ਕਿਰਿਆ ਨੂੰ ਕਰਨ ਦੇ ਲਈ ਜੋ ਸਾਨੂੰ ਸਮਾਨ ਚਾਹੀਦਾ ਹੈ ਉਹ ਹੈ ਇੱਕ ਵਾਚ ਗਲਾਸ ਚਿਮਟੀ ਇੱਕ ਡੱਬੀ ਇੱਥੇ ਬੱਚੇ ਅਸੀਂ ਦੋ ਲਿਟਮਸ ਪੇਪਰ ਲੈਨੇ ਇੱਕ ਨੀਲਾ ਲਿਟਮਸ ਪੇਪਰ ਤੇ ਇੱਕ ਲਾਲ ਲਿਟਮਸ ਪੇਪਰ ਇੱਕ ਬੱਚੇ ਸਾਨੂੰ ਚਾਹੀਦਾ ਹੈ ਮੈਗਨੀਸ਼ੀਅਮ ਰਿਬਨ ਤੇ ਥੋੜਾ ਜਿਹਾ ਸਾਨੂੰ ਚਾਹੀਦਾ ਹੈ ਬੱਚੇ ਰੇਗ ਮਾਰਦਾ ਟੁਕੜਾ ਜਿਸ ਦੇ ਨਾਲ ਕਿ ਅਸੀਂ ਇਸ ਮੈਗਨੀਸ਼ੀਅਮ ਰਿਬਨ ਨੂੰ ਸਭ ਤੋਂ ਪਹਿਲਾਂ ਅਸੀਂ ਸਾਫ਼ ਕਰਨਾ ਹੈ ਤਾਂ ਆਓ ਇਸ ਕਿਰਿਆ ਨੂੰ ਅਸੀਂ ਸ਼ੁਰੂ ਕਰਦੇ ਹਾਂ ਹਾਂਜੀ ਬੱਚੇ A² ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਰੇਗਮਾਰ ਦੇ ਨਾਲ ਸਾਫ਼ ਕਰਨਾ ਹੈ ਤਾਂ ਜੋ ਮੈਗਨੀਸ਼ੀਅਮ ਰਿਬਨ ਦੇ ਉੱਪਰ ਜੋ ਆਕਸਾਈਡ ਦੀ ਪਰਤ ਲੱਗੀ ਹੋਈ ਹੈ ਉਸ ਨੂੰ ਅਸੀਂ ਉਤਾਰ ਸਕੀਏ ਤੇ ਸਾਡਾ ਮੈਗਨੀਸ਼ੀਅਮ ਰਿਬਨ ਜੋ ਹੈ ਉਹ ਚੰਗੀ ਤਰ੍ਹਾਂ ਉਹ ਜਲ ਸਕੇ ਤਾਂ ਹੁਣ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਗਨੀਸ਼ੀਅਮ ਰਿਬਨ ਦੇ ਉੱਪਰ ਜੋ ਆਕਸਾਈਡ ਦੀ ਪਰਤ ਹੈ ਉਹ ਕਾਫੀ ਹੱਦ ਤੱਕ ਲੈ ਚੁੱਕੀ ਹੈ ਤੇ ਬੱਚੇ ਹੁਣ ਅਸੀਂ ਇਸ ਮੈਗਨੀਸ਼ੀਅਮ ਰਿਬਨ ਨੂੰ ਜਲਾਵਾਂਗੇ ਤੇ ਦੇਖਦੇ ਹਾਂ ਕਿ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਕਿਸ ਤਰ੍ਹਾਂ ਦੀ ਕਿਰਿਆ ਹੁੰਦੀ ਹੈ ਤਾਂ ਬੱਚੇ ਅਸੀਂ ਕੀ ਕਰਨਾ ਹੈ ਅਸੀਂ ਇਸ ਮੈਗਨੀਸ਼ੀਅਮ ਰਿਬਨ ਨੂੰ ਇਸ ਚਿਮਟੀ ਦੇ ਨਾਲ ਆਪਾਂ ਇਸ ਨੂੰ ਪਕੜ ਲਵਾਂਗੇ ਤਾਂ ਬੱਚੇ ਜਿਹੜੇ ਵੀ ਆਪਣੇ ਅੱਗ ਨਾਲ ਕਰਨ ਵਾਲੇ ਪ੍ਰਯੋਗ ਨੇ ਉਹ ਤੁਸੀਂ ਬਹੁਤ ਸਾਵਧਾਨੀ ਨਾਲ ਕਰਨੇ ਨੇ ਤਾਂ ਕਿ ਅੱਗ ਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਤਾਂ ਆਓ ਬੱਚੇ ਇਸ ਮੈਗਨੀਸ਼ੀਅਮ ਰਿਬਨ ਨੂੰ ਆਪਾਂ ਪਹਿਲਾਂ ਜਲਾ ਕੇ ਦੇਖਦੇ ਹਾਂ ਕਿ ਇਸ ਦੇ ਉੱਤੇ ਕੀ ਕਿਰਿਆ ਹੁੰਦੀ ਹੈ ਜੋਚੇ ਹੁਣ ਤੁਸੀਂ ਦੇਖੋ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜੋ ਹੈ ਇਸ ਨੂੰ ਅਸੀਂ ਜਲਾ ਰਹੇ ਹਾਂ ਤੇ ਦੇਖਦੇ ਹਾਂ ਕਿ ਇਸ ਨੂੰ ਜਲਾਉਣ ਦੇ ਉੱਤੇ ਕਿਸ ਤਰ੍ਹਾਂ ਦੀ ਕਿਰਿਆ ਹੁੰਦੀ ਹੈ ਹਾਂਜੀ ਬੱਚੇ ਤੁਸੀਂ ਦੇਖ ਸਕਦੇ ਹੋ ਇਹ ਜੋ ਮੈਗਨੀਸ਼ੀਅਮ ਰਿਬਨ ਹੈ ਇਹ ਬਹੁਤ ਹੀ ਤੇਜ਼ ਅਤੇ ਚਿੱਟੇ ਲਾਟ ਨਾਲ ਜਲਦਾ ਹੈ ਅਤੇ ਇਹ ਇੱਕ ਚਿੱਟੇ ਰੰਗ ਦਾ ਪਾਊਡਰ ਬਣਾਉਂਦਾ ਹੈ ਹਾਂਜੀ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਜਲਾਇਆ ਗਿਆ ਤਾਂ ਜਲਾਉਣ ਤੋਂ ਬਾਅਦ ਮੈਗਨੀਸ਼ੀਅਮ ਰਿਬਨ ਨੇ ਕਿਸ ਤਰ੍ਹਾਂ ਦਾ ਪਦਾਰਥ ਬਣਾਇਆ ਚਿੱਟੇ ਰੰਗ ਦਾ ਪਦਾਰਥ ਬਣਾਇਆ ਜ ਜੇ ਅਸੀਂ ਕਹਿ ਸਕਦੇ ਹਾਂ ਕਿ ਮੈਗਨੀਸ਼ੀਅਮ ਰਿਬਨ ਨੂੰ ਚਲਾਉਣ ਤੋਂ ਬਾਅਦ ਇਹ ਚਿੱਟੇ ਰੰਗ ਦੀ ਸਵਾਹ ਬਣਦੀ ਹੈ ਆਓ ਦੇਖਦੇ ਹਾਂ ਕਿ ਇਹ ਜੋ ਸਵਾਹ ਬਣੀ ਹੈ ਇਸ ਸਵਾ ਦਾ ਸੁਭਾਅ ਕਿਹਾ ਜਾ ਹੈ ਕਿ ਇਹ ਖਾਰ ਹੈ ਜਾਂ ਇਸ ਦਾ ਸੁਭਾਅ ਤੇਜਾਬੀ ਹੈ ਹੁਣ ਬੱਚੇ ਸੀ ਕੀ ਕਰਾਂਗੇ ਅਸੀਂ ਵਾਚ ਗਲਾਸ ਦੇ ਵਿੱਚ ਪਹਿਲਾਂ ਇਹ ਚਿੱਟੀ ਸਵਾਹ ਇਕੱਠੀ ਕਰ ਲਈ ਹੈ ਹੁਣ ਅਸੀਂ ਇਸ ਦੇ ਵਿੱਚ ਪਾਣੀ ਪਾਵਾਂਗੇ ਹਾਂਜੀ ਬੱਚੇ ਹੁਣ ਅਸੀਂ ਵਾਚ ਗਲਾਸ ਦੇ ਵਿੱਚ ਪਾਣੀ ਪਾ ਲਿਆ ਹੈ ਤੇ ਇਸ ਦੇ ਵਿੱਚ ਅਸੀਂ ਜੇ ਜਿਹੜੀ ਚਿੱਟੇ ਰੰਗ ਦੀ ਸਵਾ ਸਾਨੂੰ ਪ੍ਰਾਪਤ ਹੋਈ ਹੈ ਜਦੋਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਸੀ ਤਾਂ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਬਾਅਦ ਸਾਨੂੰ ਇਹ ਚਿੱਟੇ ਰੰਗ ਦੀ ਸਵਾ ਜਾਂ ਚਿੱਟੇ ਰੰਗ ਦਾ ਪਦਾਰਥ ਪ੍ਰਾਪਤ ਹੋਇਆ ਤੇ ਇਸ ਪਦਾਰਥ ਦੇ ਵਿੱਚ ਬੱਚੇ ਅਸੀਂ ਕੀ ਕੀਤਾਗਾ ਅਸੀਂ ਇਸ ਪਦਾਰਥ ਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਲਿਆ ਹੈ ਤੇ ਹੁਣ ਅਸੀਂ ਇਸ ਪਦਾਰਥ ਦੇ ਸੁਭਾਅ ਨੂੰ ਦੇਖਾਂਗੇ ਕਿ ਇਹ ਜੋ ਪਦਾਰਥ ਬਣਿਆ ਹੈ ਇਸ ਦਾ ਸੁਭਾਅ ਕੀ ਹੈ ਹਾਂਜੀ ਬੱਚੇ ਇਸ ਘੋਲ ਦੇ ਵਿੱਚ ਅਸੀਂ ਹੁਣ ਲਿਟਮਸ ਪੇਪਰ ਪਾ ਕੇ ਦੇਖਦੇ ਹਾਂ ਕਿ ਇਸ ਘੋਲ ਦਾ ਸੁਭਾਅ ਕੀ ਹੈ ਤਾਂ ਬੱਚੇ ਇਸ ਘੋਲ ਦੇ ਵਿੱਚ ਆਪਾਂ ਇੱਕ ਲਾਲ ਲਿਟਮਸ ਪੇਪਰ ਪਾ ਦਿੰਨੇ ਆਂ ਤੇ ਇੱਕ ਪਾ ਦਿੰਨਾ ਹੈ ਬੱਚੇ ਆਪਾਂ ਇਹਦੇ ਵਿੱਚ ਨੀਲਾ ਲਿਟਮਸ ਪੇਪਰ ਤੇ ਫਿਰ ਆਪਾਂ ਦੇਖਦੇ ਹਾਂ ਕਿ ਸਿ ਲਿਟਮਸ ਪੇਪਰ ਦੇ ਰੰਗ ਦੇ ਵਿੱਚ ਪਰਿਵਰਤਨ ਆਉਂਦਾ ਹੈ ਤੇ ਕਿਸ ਲਿਟਮਸ ਪੇਪਰ ਦੇ ਰੰਗ ਵਿੱਚ ਪਰਿਵਰਤਨ ਨਹੀਂ ਆਉਂਦਾ ਹਾਂਜੀ ਬੱਚੇ ਕੁਝ ਦੇਰ ਤੱਕ ਇਹਨਾਂ ਨੂੰ ਇਸੇ ਤਰ੍ਹਾਂ ਹੀ ਪਏ ਰਹਿਣ ਦਿਓ ਫਿਰ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਰੰਗ ਦੇ ਵਿੱਚ ਕੀ ਪਰਿਵਰਤਨ ਆਉਂਦਾ ਹੈ ਜੇ ਤਾਂ ਬੱਚੇ ਲਾਲ ਲਿਟਮਸ ਪੇਪਰ ਦਾ ਰੰਗ ਨੀਲਾ ਹੋ ਗਿਆ ਤਾਂ ਤਾਂ ਇਸ ਘੋਲ ਦਾ ਸੁਭਾਅ ਕੀ ਹੋਏਗਾ ਖਾਰੀ ਤੇ ਜੇ ਨੀਲਾ ਲਿਟਮਸ ਪੇਪਰ ਲਾਲ ਰੰਗ ਦਾ ਹੋ ਗਿਆ ਤਾਂ ਇਹਦਾ ਸੁਭਾਅ ਕੀ ਹੋਗਾ ਤੇਜਾਬੀ ਤਾਂ ਹਾਂਜੀ ਬੱਚੇ ਆਪਾਂ ਦੇਖਦੇ ਹਾਂ ਕਿ ਇਸ ਘੋਲ ਦੇ ਵਿੱਚ ਕੀ ਪਰਿਵਰਤਨ ਹੋਇਆ ਤਾਂ ਬੱਚੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਜਿਹੜਾ ਸਾਡਾ ਨੀਲਾ ਲਿਟਮਸ ਪੇਪਰ ਹੈ ਉਸ ਦੇ ਰੰਗ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ ਜਿਵੇਂ ਕਹਿ ਲਾ ਕਹਿ ਸਕਦਾ ਕਿ ਨੀਲਾ ਲਿਟਮਸ ਪੇਪਰ ਜਿਹੜਾ ਹੈ ਉਸ ਦਾ ਰੰਗ ਨੀਲਾ ਹੀ ਰਿਹਾ ਉਸ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ ਤੇ ਹੁਣ ਅਸੀਂ ਬੱਚੇ ਜੋ ਲਾਲ ਲਿਟਮਸ ਪੇਪਰ ਹੈ ਉਸ ਨੂੰ ਦੇਖਦੇ ਹਾਂ ਹਾਂਜੀ ਬੱਚੇ ਇਸ ਦੇ ਵਿੱਚ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਜਿਹੜਾ ਇਹਦਾ ਲਾਲ ਲਿਟਮਸ ਪੇਪਰ ਹੈ ਉਸ ਦਾ ਰੰਗ ਕੀ ਹੋ ਗਿਆ ਬੱਚੇ? ਨੀਲਾ। ਦੇਖੋ ਅਸੀਂ ਲਾਲ ਲਿਟਮਸ ਪੇਪਰ ਦਾ ਰੰਗ ਦੇ ਵਿੱਚ ਕੀ ਪਰਿਵਰਤਨ ਆਇਆ? ਲਾਲ ਲਿਟਮਸ ਪੇਪਰ ਜਿਹੜਾ ਸੀਗਾ ਬੱਚੇ ਉਸ ਦਾ ਰੰਗ ਕੀ ਹੋ ਗਿਆਗਾ? ਨੀਲਾ। ਦੇਖੋ ਆ ਇੱਥੇ ਲਾਲ ਹੈ ਤੇ ਜਿੰਨਾ ਇਹ ਘੋਲ ਦੇ ਵਿੱਚ ਡੁੱਬਿਆ ਸੀ ਉਤੋਂ ਰੰਗ ਕੀ ਹੋ ਗਿਆ? ਨੀਲਾ। ਤਾਂ ਬੱਚੇ ਇਸ ਕਿਰਿਆ ਤੋਂ ਇਹ ਸਾਬਿਤ ਹੋਇਆ ਕੀ ਜੀ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਬਾਅਦ ਜਿਹੜਾ ਇਹ ਚਿੱਟੇ ਰੰਗ ਦਾ ਪਦਾਰਥ ਪੈਦਾ ਹੋਇਆ ਇਸ ਪਦਾਰਥ ਦਾ ਬੱਚੇ ਸੁਭਾਅ ਕੀ ਹੋਏਗਾ ਹਾਂਜੀ ਇਸ ਪਦਾਰਥ ਦਾ ਸੁਭਾਅ ਕੀ ਹੋਏਗਾ ਖਾਰੀ ਆਪਾਂ ਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਇਹ ਪਦਾਰਥ ਜੋ ਹੈ ਇਸ ਦਾ ਸੁਭਾਅ ਖਾਰੀ ਹੈ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਦੋਨੋਂ ਲਿਟਮਸ ਪੇਪਰ ਪਾ ਕੇ ਦੇਖੇ ਤਾਂ ਜਿਹੜਾ ਨੀਲਾ ਲਿਟਮਸ ਪੇਪਰ ਸੀਗਾ ਉਸ ਦੇ ਰੰਗ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ ਜਦ ਕਿ ਜਿਹੜਾ ਲਾਲ ਲਿਟਮਸ ਪੇਪਰ ਸੀਗਾ ਉਸ ਦਾ ਰੰਗ ਕੀ ਹੋ ਗਿਆ ਬੱਚੇ ਲਾਲ ਤੋਂ ਨੀਲਾ ਹੋ ਗਿਆ ਤੇ ਅਸੀਂ ਜਾਣਦੇ ਹਾਂ ਕਿ ਜਦੋਂ ਲਾਲ ਲਿਟਮਸ ਪੇਪਰ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਦਿੱਤੇ ਗਏ ਪਦਾਰਥ ਦਾ ਸੁਭਾਅ ਕੀ ਹੁੰਦਾ ਬੱਚੇ ਖਾਰੀ ਤਾਂ ਇਸ ਲਈ ਮੈਗਨੀਸ਼ੀਅਮ ਰੇਬਨ ਨੂੰ ਜਲਾਉਣ ਤੋਂ ਬਾਅਦ ਜਿਹੜਾ ਇਹ ਚਿੱਟੇ ਰੰਗ ਦਾ ਪਦਾਰਥ ਬਣਿਆ ਇਸ ਦਾ ਸੁਭਾਅ ਕੀ ਹੋਏਗਾ ਖਾਰੀ ਤਾਂ ਬੱਚੇ ਇਹ ਹੀ ਸਾਡੀ ਅੱਜ ਦੀ ਕਿਰਿਆ ਸੀ ਉਮੀਦ ਕਰਦੇ ਆ ਕਿ ਅੱਜ ਦੀ ਇਹ ਕਿਰਿਆ ਤੁਹਾਨੂੰ ਸਭ ਨੂੰ ਸਮਝ ਆ ਗਈ ਹੋਣੀ ਹੈ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਕਿਰਿਆ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਦੀ ਇਸ ਕਿਰਿਆ ਨੂੰ ਧਿਆਨ ਨਾਲ ਸਮਝਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ